ਭਰਾ ਹੀ ਆਪਣੇ ਭਰਾ ਦਾ ਦੁਸ਼ਮਣ ਬਣ ਗਿਆ। ਇੱਕ ਭਰਾ ਦੇ ਵੱਲੋਂ ਆਪਣੇ ਹੀ ਸਕੇ ਭਰਾ 'ਤੇ ਪਰਚਾ ਦਰਜ ਕਰਵਾਇਆ ਗਿਆ ਔਰ ਇਲਜ਼ਾਮ ਇਹ ਲੱਗੇ ਨੇ ਕਿ ਉਸ ਭਰਾ ਦੇ ਵੱਲੋਂ 4.25 ਲੱਖ ਦੀ ਨਕਦੀ ਅਤੇ 45 ਤੋਲੇ ਸੋਨੇ ਦੀ ਚੋਰੀ ਕੀਤੀ ਗਈ ਹੈ। ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਜ਼ਮੀਨੀ ਵਿਵਾਦ ਇਸ ਹੱਦ ਤੱਕ ਵੱਧ ਗਿਆ ਕਿ ਦੋਹਾਂ ਭਰਾਵਾਂ ਦੇ ਵਿਚਾਲੇ ਜੋ ਤਕਰਾਰ ਸੀ ਉਹ ਇਸ ਕਦਰ ਵਧੀ ਕਿ ਇੱਕ ਭਰਾ ਨੇ ਦੂਸਰੇ ਭਰਾ 'ਤੇ ਹੀ ਪਰਚਾ ਦਰਜ ਕਰਵਾ ਦਿੱਤਾ। ਹਾਲਾਂਕਿ ਦੋਵੇਂ ਭਰਾ ਪਹਿਲਾਂ ਇਕੱਠੇ ਹੀ ਮਕਾਨ ਵਿੱਚ ਰਹਿੰਦੇ ਸਨ ਅਤੇ ਇੱਕ ਭਰਾ ਜਦ ਮਕਾਨ ਤੋਂ ਅੱਡ ਹੋਇਆ ਤਾਂ ਜਦ ਆਪਣਾ ਜ਼ਰੂਰੀ ਕਾਗਜ਼ਾਤ ਅਤੇ ਸਮਾਨ ਲੈਣ ਲਈ ਉਹ ਘਰ ਗਿਆ ਤਾਂ ਉਸਨੇ ਦੇਖਿਆ ਕਿ ਜਿਹਨਾਂ ਕਮਰਿਆਂ ਨੂੰ ਉਸਨੇ ਤਾਲਾ ਲਗਾਇਆ ਹੋਇਆ ਸੀ ਉਹ ਤਾਲੇ ਨਹੀਂ ਖੁੱਲ੍ਹੇ ਅਤੇ ਦੂਸਰੇ ਭਰਾ 'ਤੇ ਚੋਰੀ ਦੇ ਇਲਜ਼ਾਮ ਵੀ ਲਗਾਏ ਗਏ ਨੇ ਅਤੇ ਇਹ ਵੀ ਕਿਹਾ ਗਿਆ ਕਿ ਉਸਦੇ ਵੱਲੋਂ ਚੋਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ 4.25 ਲੱਖ ਨਕਦੀ ਅਤੇ ਨਾਲ ਹੀ 45 ਤੋਲੇ ਸੋਨੇ ਦੀ ਚੋਰੀ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਇੱਕ ਭਰਾ ਦਾ ਕਹਿਣਾ ਕਿ ਮੇਰੇ ਨਾਲ ਜਬਰਨ ਜੋ ਹੈ ਸਭ ਕੀਤਾ ਜਾ ਰਿਹਾ ਔਰ ਧੱਕੇਸ਼ਾਹੀ ਦੇ ਨਾਲ ਹੀ ਮੇਰੇ 'ਤੇ ਜੋ ਪਰਚਾ ਉਹ ਵੀ ਦਰਜ ਕਰਵਾਇਆ ਗਿਆ ਔਰ ਇੱਥੋਂ ਤੱਕ ਕਿ ਮੇਰੇ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਪਰ ਉੱਥੇ ਹੀ ਦੂਸਰੇ ਭਰਾ ਦੇ ਵੱਲੋਂ ਇਹ ਕਹਿਣਾ ਹੈ ਕਿ ਉਸਦੇ ਵੱਲੋਂ ਕੋਈ ਅਜਿਹਾ ਨਹੀਂ ਕੀਤਾ ਗਿਆ ਅਤੇ ਇੱਥੋਂ ਤੱਕ ਕਿ ਉਸਦੇ ਹੀ ਭਰਾ ਨੇ ਘਰ 'ਚ ਚੋਰੀ ਕੀਤੀ ਹੈ ਅਤੇ ਬਿਨਾਂ ਦੱਸੇ ਹੀ ਜੋ ਘਰ ਦੇ ਤਾਲੇ ਆ ਉਹ ਤੋੜ ਕੇ ਨਵੇਂ ਤਾਲੇ ਲਗਾ ਦਿੱਤੇ ਗਏ ਅਤੇ ਨਾਲ ਹੀ ਕਮਰੇ ਦੇ ਵਿੱਚ ਪਿਆ ਜੋ ਜ਼ਰੂਰੀ ਸਮਾਨ ਸੀ ਜਿਸ ਦੇ ਵਿੱਚ 2 ਲੱਖ ਰੁਪਏ ਨਕਦੀ ਸੀਗੀ ਅਤੇ ਨਾਲ ਹੀ ਸੋਨੇ ਦੀ ਚੋਰੀ ਦੇ ਵੀ ਜੋ ਇਲਜ਼ਾਮ ਹੈ ਉਹ ਲੱਗੇ ਨੇ। ਹਾਲਾਂਕਿ ਪੁਲਿਸ ਦੇ ਵੱਲੋਂ ਦੋਵਾਂ ਧਿਰਾਂ ਦਾ ਜੋ ਪੱਖ ਹੈ ਉਹ ਸੁਣਿਆ ਜਾ ਰਿਹਾ ਅਤੇ ਜੋ ਬਣਦੀ ਕਾਰਵਾਈ ਹੈ ਉਹ ਯਕੀਨੀ ਬਣਾਉਣ ਦੀ ਗੱਲ ਆਖੀ ਗਈ ਹੈ। ਮੇਰੇ ਜੇਠ ਵੱਡੇ ਜੇਠ ਜੀ ਨੇ ਮੈਰਿਜ ਕਰਨੀ ਸੀ ਬੇਟੀ ਦੀ ਤੇ ਅਸੀਂ ਉਹਨਾਂ ਨੂੰ ਕਿਆ ਰਹਿਣ ਵਾਸਤੇ ਮਤਲਬ ਸ਼ਾਦੀ ਕਰਨ ਵਾਸਤੇ ਜਗ੍ਹਾ ਦਿੱਤੀ, ਚਲੋ ਤੁਸੀਂ ਆਪਣੇ ਘਰ ਵਿਹਾਰ ਇੱਥੇ ਕਰ ਲਓ। ਤੇ ਇਸ ਤੋਂ ਬਾਅਦ ਕਿ ਉਹਨਾਂ ਨੇ ਇੱਥੇ ਆਪਣਾ ਕਦੀ ਆ ਗਏ ਕਦੀ ਚਲੇ ਗਏ, ਪੱਕੇ ਤੌਰ 'ਤੇ ਨਹੀਂ ਸੀ ਰਹਿੰਦੇ ਇੱਥੇ। ਤੇ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਬੇਟੀ ਸਾਡੀ ਬੇਟੀ ਕੀ ਤੁਸੀਂ ਕਰ ਲਓ ਇੱਥੇ ਜਿਹੜੇ ਵੀ ਫੰਕਸ਼ਨ ਉਹਨਾਂ ਦੇ ਕਰਨੇ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਆਪਣਾ ਜਾਣਦਾ ਕਦੀ ਕਦੀ ਚਲੇ ਗਏ ਕਦੀ ਆ ਗਏ ਇੱਥੇ ਰਹਿੰਦੇ ਸੀ। ਉਸ ਤੋਂ ਬਾਅਦ ਦੇ ਵਿੱਚ ਫਿਰ ਚਲੇ ਗਏ ਸੀ ਤੁਹਾਡੇ? ਹਾਂਜੀ ਚਲੇ ਗਏ ਸੀਗੇ। ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਕਿੰਨਾ ਸੋਨਾ, ਕਿੰਨਾ ਤੇ ਕਿੰਨਾ ਕਿੰਨੇ ਰੁਪਏ? 4.25 ਲੱਖ ਕੈਸ਼ ਕਹਿ ਰਹੇ ਤੇ 45 ਮੇਰੇ ਹਸਬੈਂਡ ਤੇ ਮੇਰੇ ਤੇ ਮੇਰੇ ਬੇਟੇ ਤੇ। ਮੰਗ ਅਸੀਂ ਇਹ ਕਰਦੇ ਆ ਕਿ ਸਾਡੇ ਜੋ ਵੀ ਸਾਨੂੰ ਇਨਸਾਫ ਦਵਾਇਆ ਜਾਵੇ, ਸਾਡੇ ਪਰਚਾ ਕੈਂਸਲ ਕਰਵਾਇਆ ਜਾਵੇ, ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਜਿਹੜੇ ਘਰ ਦੀ ਤੁਸੀਂ ਗੱਲ ਕਰ ਰਹੇ ਹੋ, ਘਰ ਤੁਹਾਡੇ ਨਾਮ ਹੀ ਹੈ? ਹਾਂਜੀ ਘਰ ਸਾਡੇ ਨਾਮ ਤੇ ਹੈ। ਤੁਹਾਡੇ ਨਾਮ ਘਰ ਆ ਫਿਰ ਵੀ ਤੁਹਾਡੇ ਤੇ? ਹਾਂਜੀ ਸਾਡੇ ਤੇ, ਸਾਡੇ ਘਰ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ, ਇਸ ਤੇ ਕਾਰਵਾਈ ਕੀਤੀ ਜਾਵੇ, ਸਾਨੂੰ ਇਨਸਾਫ ਦਵਾਇਆ ਜਾਵੇ ਤੇ ਪਰਚਾ ਕੈਂਸਲ ਕੀਤਾ ਜਾਵੇ। ਅੱਛਾ, ਜਦੋਂ ਤੁਸੀਂ ਪੁਲਿਸ ਕੋਲੇ ਜਾਂਦੇ ਹੋ ਕੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ? ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਅਸੀਂ ਬਹੁਤ ਪਰੇਸ਼ਾਨ ਆ, ਇਸ ਕਰਕੇ ਸਾਨੂੰ ਪ੍ਰੈਸ ਕਾਨਫਰੰਸ ਦਾ ਸਾਰਾ ਲੈਣਾ ਪਿਆ। ਸਰ, ਇੱਕ ਰਾਜਕੁਮਾਰ ਗੱਭਾ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ, ਕੀ ਆ ਪੂਰਾ ਮਾਮਲਾ? ਉਹ ਜਿਹੜਾ ਇਹ ਮਾਮਲਾ, ਇਹ ਦੋ ਬ੍ਰਦਰ ਨੇ ਜਿਨ੍ਹਾਂ ਦੀ ਇੱਥੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਕੋਠੀ ਸੀ ਜਿਹਦੇ 'ਚ ਦੋਨੋਂ ਪਰਿਵਾਰ ਇਕੱਠੇ ਰਹਿ ਰਹੇ ਸੀ, ਅਤੇ ਉਹ ਦੋ ਕਮਰਿਆਂ ਵਿੱਚ ਜਿਹੜਾ ਇਹਦਾ ਵੱਡਾ ਭਰਾ ਉਹ ਰਹਿ ਰਿਹਾ ਸੀ, ਬਾਕੀ 'ਚ ਇਹ ਰਹਿ ਰਿਹਾ ਸੀ। ਉਹ ਜਿਹੜਾ ਵੱਡਾ ਭਰਾ ਉਹ ਕੁਛ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ, ਜਿਸ ਕਰਕੇ ਉਹ ਆਪਦੇ ਕਮਰਿਆਂ ਨੂੰ ਲੋਕ ਲਾ ਕੇ ਆਪਣੇ ਹੋਰ ਥਾਂ 'ਤੇ ਰਹਿਣ ਲੱਗ ਪਿਆ ਕਿਰਾਏ 'ਤੇ। ਫਿਰ ਹੁਣ ਉਸਨੇ ਮਮਦੋਟ ਆਪਣੀ ਕੋਈ ਜਗ੍ਹਾ ਬਣਾ ਲਈ, ਉੱਥੇ ਚਲਾ ਗਿਆ। ਜਦੋਂ ਉਹ ਆਪਣਾ ਕਮਰਿਆਂ ਦੇ ਵਿੱਚੋਂ ਸਮਾਨ ਚੱਕਣ ਵਾਸਤੇ ਆਇਆ, ਕਿਉਂਕਿ ਮੈਂ ਪਹਿਲਾਂ ਵੀ ਤਕਰਾਰ ਸੀ ਉਸ ਦਿਨ, ਅਸੀਂ ਨਾਲ ਮੌਕੇ 'ਤੇ ਗਏ ਵੀ ਬਜਾਏ ਵੀ ਇਹਨਾਂ ਦਾ ਕੋਈ ਝਗੜਾ ਹੋਵੇ, ਉੱਥੇ ਵੀਡੀਓ ਵੀ ਬਣੀ ਹੈ। ਉਸ ਦਿਨ ਜਾ ਕੇ ਦੌਰਾਨੇ ਵੇਖਿਆ, ਜਦੋਂ ਉਹਨੇ ਆਪਣੀਆਂ ਚਾਬੀਆਂ ਨਾਲ ਗੇਟ ਲੋਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਚਾਬੀਆਂ ਉਹਨਾਂ ਲੋਕਾਂ ਨੂੰ ਨਹੀਂ ਲੱਗੀਆਂ, ਕਿਉਂਕਿ ਰਾਜਕੁਮਾਰ ਨੇ ਉਹ ਲੋਕ ਬਦਲ ਕੇ ਤੋੜ ਕੇ ਉਹਦੇ ਵਿੱਚੋਂ 45 ਤੋਲੇ ਸੋਨਾ, ਕਰੀਬ 4 ਲੱਖ ਰੁਪਇਆ ਨਕਦੀ ਜਿਹੜਾ ਉਹ ਪਾਸੇ ਕਰ ਲਿਆ, ਚੋਰੀ ਕਰ ਲਿਆ ਅਤੇ ਆਪਣੇ ਲੋਕ ਲਾ ਲਏ, ਜਿਸ 'ਤੇ
ਫਿਰ ਉਹਦੇ ਬ੍ਰਦਰ ਵੱਲੋਂ ਸ਼ਿਕਾਇਤ 'ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਜਿਹਦੀ ਜੇਲ੍ਹ ਤਫਤੀਸ਼ ਚੱਲ ਰਿਹਾ। ਸਰ ਉਹਦੇ ਨੂੰ ਕਿਹਾ ਜਾ ਰਿਹਾ ਕਿ ਇੱਕ ਜਿਹੜਾ ਘਰ ਮੇਰਾ ਆਪਦਾ ਖੋਲਦਾ ਸੀਗਾ, ਕੁਛ ਵਕਤ ਰਹਿਣ ਵਾਸਤੇ ਆਇਆ ਸੀ, ਚਾਰ ਪੰਜ ਮਹੀਨੇ ਪਹਿਲਾਂ ਚਲੇ ਗਏ ਸਮਾਨਾਂ ਦਾ ਲੈ ਕੇ। ਤੁਸੀਂ ਜਿਹੜੀ ਉਹ ਵੀਡੀਓ ਮੇਰੇ ਵੱਲੋਂ ਹੀ ਬਣੀ ਹੋਈ ਹੈ ਕਿਉਂਕਿ ਇਹਨਾਂ ਦਾ ਤਕਰਾਰ ਸੀ, ਉਹ ਬੰਦਾ ਮੇਰੇ ਕੋਲ ਆਇਆ ਸੀ, ਅਸੀਂ ਨਾਲ ਜਾ ਕੇ ਦਾ ਕਮਰੇ ਖਿਲਾਏ ਸੀ ਜਾ ਕੇ। ਹਜੇ ਵੀ ਉਸਦੇ ਭਰਾ ਦਾ ਉੱਥੇ ਸਮਾਨ, ਬੈੱਡ ਵਗੈਰਾ ਜਾਂ ਹੋਰ ਜਿਹੜਾ ਦਾ ਸੂਟ ਵਗੈਰਾ ਜਾਂ ਜੋ ਵੀ ਹੁੰਦਾ ਵਰਤੋਂ ਯੋਗ ਹਜੇ ਵੀ ਉਸ ਕੋਠੀ ਦੇ ਵਿੱਚ ਪਿਆ। ਦੇਖੋ ਉਹਨਾਂ ਕੋਲ ਅਧਿਕਾਰ ਹੈ, ਉਹ ਆਪਣੀ ਇਨਕੁਆਇਰੀ ਵੀ ਬਿਠਾ ਸਕਦੇ ਜੇ ਨਜਾਇਜ਼ ਤਾਂ। ਅਸੀਂ ਜੋ ਸਾਡੇ ਕੋਲ ਜੋ ਸਬੂਤ ਆਏ ਨੇ ਉਹਨਾਂ ਸਬੂਤਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਪਰਚਾ ਕੋਈ ਨਜਾਇਜ਼ ਨਹੀਂ ਹੋਇਆ ਜੀ, ਮੈਂ ਆਪਣੇ ਘਰ ਮੇਰਾ ਰਿਵਾਲਵਰ ਔਰ ਬੰਦੂਕ ਮੇਰੀ ਉੱਥੇ ਪਈ ਹੋਈ ਸੀਗੀ, ਮੈਂ ਕਾਫੀ ਚਿਰ ਤੋਂ ਪਰੇਸ਼ਾਨ ਸੀ, ਮੈਂ ਕਿਹਾ ਚਲੋ ਕਿਸੇ ਤਰੀਕੇ ਦੇ ਨਾਲ ਮੈਂ ਲੈ ਕੇ ਆਵਾਂ, ਲੇਕਿਨ ਉਹਨੂੰ ਕਿਤੇ ਮਿਸ ਯੂਜ਼ ਨਾ ਕਰ ਲਵੇ। ਮੈਂ ਪੁਲਿਸ ਅੱਗੇ ਦਰਖਾਸਤ ਦਿੱਤੀ ਆਪਣੀ, ਲੈ ਵੀ ਮੈਨੂੰ ਮੇਰਾ ਅਸਲਾ ਦਵਾਇਆ ਜਾਵੇ ਔਰ ਮੇਰੇ ਕੁਛ ਜ਼ਰੂਰੀ ਕਾਗਜ਼ਾਤ ਪਏ ਜਾਂ ਕੁਛ ਮੇਰਾ ਹੋਰ ਸਮਾਨ ਕੀਮਤੀ ਹੈਗਾ ਸੀ, ਮੈਂ ਉਹ ਆਪਦਾ ਲੈ ਆਵਾਂ। ਜਦੋਂ ਮੈਂ 4 ਵਜੇ ਗਿਆ, ਇਹਨਾਂ ਦੇ ਦਰਵਾਜ਼ੇ ਬੰਦ ਹੁੰਦੇ ਸੀਗੇ, ਮੈਂ ਵਾਪਸ ਆ ਜਾਂਦਾ ਸੀਗਾ, ਮੈਨੂੰ ਉਸ ਗੱਲ ਦਾ ਪਤਾ ਨਹੀਂ ਸੀ ਚੱਲਦਾ, ਇਹ ਘਰ ਨਹੀਂ ਸੀ ਹੁੰਦੇ ਗਏ। ਮੈਂ 1-2 ਵਾਰੀ ਮੁੜ ਕੇ ਆ ਗਿਆ, ਫਿਰ ਮੈਂ ਗਿਆ ਇੱਕ ਦਿਨ ਅਚਾਨਕ, ਅਤੇ ਕੁਦਰਤੀ ਇਹਨਾਂ ਦਰਵਾਜ਼ਾ ਖੁੱਲ੍ਹਾ ਆਇਆ ਸੀ, ਅਤੇ ਰੋਜੀ ਉਸ ਟਾਈਮ ਬਾਹਰ ਸੀਗੀ, ਮੈਂ ਜਾ ਕੇ ਸਿੱਧਾ ਅੰਦਰ ਚਲਾ ਗਿਆ, ਆਪਣੇ ਰੂਮ ਦਾ ਦਰਵਾਜ਼ਾ ਖੋਲ੍ਹਿਆ ਅਤੇ ਦਰਵਾਜ਼ਾ ਬੰਦ ਸੀਗਾ। ਮੈਂ ਆਪਣਾ ਸਮਾਨ ਲੈ ਕੇ ਉੱਪਰ ਚਲਾ ਗਿਆ, ਉੱਪਰ ਜਾ ਕੇ ਮੈਂ ਦਰਵਾਜ਼ੇ ਆਪਦੇ ਖੋਲ੍ਹ ਕੇ ਥੋੜ੍ਹਾ ਜਿਹਾ ਸਮਾਨ ਕੱਢਿਆ ਔਰ ਮੈਂ ਵਾਪਸ ਆ ਗਿਆ। ਉਸ ਤੋਂ ਬਾਅਦ ਮੈਂ ਪੁਲਿਸ ਕੋਲ ਦੁਬਾਰਾ ਗਿਆ, 2 ਕੁ ਮਹੀਨੇ ਬਾਅਦ ਮੈਂ ਜਾ ਕੇ ਇਹ ਗੱਲ ਕੀਤੀ, ਮੈਂ ਕਿਹਾ ਮੇਰਾ ਅਸਲਾ ਦਵਾ ਦਿਉ, ਰਿਵਾਲਵਰ ਔਰ ਬੰਦੂਕ ਦਵਾ ਦਿਓ। ਉਹ ਪੁਲਿਸ ਮੇਰੇ ਨਾਲ ਗਈ ਹੈ, SHO ਸਾਹਿਬ ਸੀ, ASC ਸੀਗੇ, ਲੇਡੀਜ਼ ਪੁਲਿਸ ਸੀਗੀ, ਉਹ ਨਾਲ ਗਏ ਆ। ਉਹਨਾਂ ਨੇ ਜਾ ਕੇ ਰਾਜਕੁਮਾਰ ਨੂੰ ਬੁਲਾਇਆ ਅਤੇ ਦਰਵਾਜ਼ਾ ਖੋਲ੍ਹਿਆ, ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਮੇਰਾ ਸਮਾਨ ਹੈ, ਇਹਨਾਂ ਦਾ ਰਿਵਾਲਵਰ ਵਗੈਰਾ ਅਸਲਾ ਵਗੈਰਾ ਹੈਗਾ ਉਹ ਦੇ ਦਿਓ, ਉਹਨਾਂ ਕਹਿੰਦੇ ਲੈ ਜਾਓ। ਅਸੀਂ ਜਦੋਂ ਜਾ ਕੇ ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਚਾਬੀਆਂ ਮੇਰੇ ਕੋਲ ਸੀ, ਇਹਨੇ ਇਹ ਕਿਹਾ ਲੈ ਵੀ ਚਾਬੀਆਂ ਮੈਂ ਨਹੀਂ ਦੇਣੀਆਂ ਗੀਆਂ, ਤਾਲਾ ਮੇਰੇ ਕੋਲ, ਤਾਲਾ ਮੈਂ ਬਦਲਤਾ ਆ। ਮੈਂ ਫਿਰ ਇੰਨੀ ਗੱਲ ਕੀਤੀ, ਮੈਂ ਕਿਹਾ ਤਾਲਾ ਤੁਸੀਂ ਕਿਉਂ ਬਦਲਿਆ? ਕਹਿੰਦਾ ਮੇਰੀ ਮਰਜ਼ੀ ਹੈ, ਮੇਰੀ ਪ੍ਰੋਪਰਟੀ, ਮੈਂ ਜੋ ਮਰਜ਼ੀ ਕਰਾਂ। ਫਿਰ ਉਵੇਂ ਹੀ SHO ਸਾਹਿਬ ਨੇ ਇੰਨੀ ਗੱਲ ਕੀਤੀ, ਤੁਸੀਂ ਤਾਲਾ ਨਹੀਂ ਬਦਲ ਸਕਦੇ, ਜਦੋਂ ਇਹਨਾਂ ਦਾ ਸਮਾਨ ਅੰਦਰ ਪਿਆ ਹੋਇਆ ਤਾਂ ਤੁਸੀਂ ਤਾਲਾ ਕਿਵੇਂ ਬਦਲ ਸਕਦੇ ਹੋ? ਇਹਨਾਂ ਨੇ ਕਿਹਾ ਜੀ, ਬੜੇ ਹਿੰਜੜ ਕੇ ਕਿਹਾ, ਮੈਂ ਜੋ ਮਰਜ਼ੀ ਕਰਾਂ ਜੀ। ਚਲੋ ਪੁਲਿਸ ਵਾਲਿਆਂ ਨੇ ਤਾਲਾ ਖਿਲਾਇਆ ਇਹਨੂੰ, ਕਹਿ ਕੇ ਲੈ ਵੀ ਇਹਨਾਂ ਦਾ ਅਸਲਾ ਦੇ ਦੇ। ਮੈਂ ਆਪਦਾ ਚਾਬੀ ਲੈ ਕੇ ਅਸਲਾ ਕੱਢ ਲਿਆ। ਉਸ ਤੋਂ ਬਾਅਦ ਮੈਂ ਇਹ ਗੱਲ ਕੀਤੀ, ਮੈਂ ਕਿਹਾ ਮੇਰਾ ਉੱਪਰੋਂ ਸਮਾਨ ਕਾਗਜ਼ਾਤ ਪਏ ਆ, ਕੁਛ ਮੇਰਾ ਕੀਮਤੀ ਸਮਾਨ ਪਿਆ ਅਤੇ ਮੇਰਾ ਕੈਸ਼ ਪਿਆ ਹੋਇਆ। ਉਹਨਾਂ ਕਹਾ ਚਲੋ ਉੱਪਰ ਚਲੋ। ਉੱਪਰ ਗਏ, ਉੱਪਰ ਵੀ ਤਾਲਾ ਇਹਨੇ ਬਦਲਿਆ ਹੋਇਆ ਸੀਗਾ। ਜਾ ਕੇ ਉੱਪਰ ਅਸੀਂ ਆਪਦਾ ਜਦੋਂ ਅਲਮਾਰੀ ਇਹਨੇ ਤਾਲਾ ਖੋਲ੍ਹਿਆ, ਮੈਂ ਜਾ ਕੇ ਅਲਮਾਰੀ ਖੋਲ੍ਹੀ ਤਾਂ ਦੇਖਿਆ ਦਰਾਜ਼ ਟੁੱਟਾ ਪਿਆ ਸੀਗਾ, ਲੋਕ ਟੁੱਟਾ ਪਿਆ ਸੀਗਾ। ਉਹਦੇ ਵਿੱਚ ਨਾ ਕਾਗਜ਼ ਪਏ ਸੀਗੇ, ਨਾ ਕੈਸ਼ ਸੀ, ਨਾ ਸੋਨਾ ਸੀਗਾ, ਸਾਰਾ ਕੁਛ ਗਾਇਬ ਹੋ ਗਿਆ। ਮੈਂ ਉਹ ਵੇਖਦਿਆਂ ਨਾਲ ਹੀ ਉੱਥੇ ਡਿੱਗ ਪਿਆ। ਮੈਨੂੰ ਚਲੋ ਉਹਨਾਂ ਨੇ ਕਿਹਾ ਵੀ ਧਿਆਨ ਨਾਲ ਖੜਾ ਹੋ, ਮੈਂ ਆਪਦਾ ਤਰੀਕੇ ਨਾਲ ਖੜਾ ਹੋ ਕੇ ਮੈਂ ਦੇਖਿਆ, ਅਤੇ ਉਹਨਾਂ ਨੇ ਉਦੋਂ ਬਾਅਦ ਮੈਨੂੰ ਪੁੱਛਿਆ ਲੈ ਵੀ ਇਹ ਕੀ ਹੋ ਗਿਆ? ਮੈਂ ਕਿਹਾ ਵੀ ਸਾਰਾ ਸਮਾਨ ਜਿਨ੍ਹਾਂ ਨੇ ਤਾਲੇ ਬਦਲੇ ਆ ਅਤੇ ਉਹੀ ਕੱਢ ਕੇ ਲੈ ਗਏ ਆ। ਅਤੇ ਮੈਂ ਇਹਨਾਂ ਦਾ ਫਿਰ ਰਾਜਕੁਮਾਰ ਦਾ, ਰੋਜੀ ਦਾ, ਅਦਿੱਤਿਆ ਗਾਬਾ ਜਾਣੀ ਕਿ ਆਦਿ ਤਿੰਨਾਂ ਦਾ ਹੀ ਨਾਂ ਲਹਾਇਆ, ਉਹ ਤਿੰਨੇ ਹੀ ਇਸ ਘਰ ਵਿੱਚ ਇਨਵੋਲਵ ਨੇ। ਹਾਂਜੀ, ਮੇਰੇ ਸੱਕਾ ਭਰਾ, ਛੋਟਾ ਭਰਾ ਜੀ, ਇਹਨਾਂ ਨੇ ਮੇਰੇ ਕੋਲੋਂ ਲਗਭਗ ਪੇਮੈਂਟ ਲੈ ਚੁੱਕੇ ਹੋਏ ਨੇ। ਪ੍ਰੋਪਰਟੀ ਦੇ ਚੱਕਰ ਵਿੱਚ ਕੋਠੀ ਮੈਨੂੰ ਆਈ ਸੀ ਔਰ ਮੇਰੇ ਕੋਲੋਂ ਇਹ ਪੈਸੇ ਦਵਾਉਂਦੇ ਰਹੇ ਨੇ, ਕਦੀ ਭਤੀਜੇ ਨੂੰ ਕਹਿੰਦੇ ਦੇ ਦੇ, ਕਦੀ ਉਹਨੂੰ ਦੇ ਦੇ। ਮੈਂ ਇਸ ਤਰ੍ਹਾਂ ਕਰਕੇ ਲਗਭਗ ਪੇਮੈਂਟ ਦੇ ਬੈਠਾ ਸੀ, ਥੋੜ੍ਹੀ ਬਹੁਤੀ ਪੇਮੈਂਟ ਰਹਿੰਦੀ ਸੀਗੀ। ਮੇਰਾ ਮੁਤਬਾਰ ਬੰਦਿਆਂ ਵਿੱਚ ਬਹਿ ਕੇ ਫੈਸਲਾ ਵੀ ਸਾਡਾ ਹੋਇਆ ਸੀ, ਉਹ ਕਾਗਜ਼ ਪੱਤਰ ਵੀ ਮੇਰੇ ਕੋਲ ਹੈ। ਔਰ ਮੈਂ ਇਹਨਾਂ ਨੂੰ ਕਿੰਨੀ ਵਾਰੀ ਕਿਹਾ ਮੈਨੂੰ ਰਜਿਸਟਰੀ ਕਰਕੇ ਦੇ ਦੇ, ਬਲਕਿ ਇਹ ਵੇਰ ਗਿਆ, ਕਹਿੰਦਾ ਮੈਂ ਕੋਈ ਰਜਿਸਟਰੀ ਨਹੀਂ ਕਰਕੇ ਦੇਣੀ ਗੀ, ਨਾ ਮੈਨੂੰ ਤੇਰੇ ਪੈਸੇ ਆਏ ਆ। ਇਹਨੇ ਉਸ ਤੋਂ ਬਾਅਦ ਕੋਰਟ 'ਚ ਕੇਸ ਕਰਤਾ, ਕੇਸ ਚੱਲ ਰਿਹਾ। ਕੇਸ ਦੇ ਵਿੱਚ ਇਹ ਲਿਖਿਆ ਹੋਇਆ ਕੋਈ ਵੀ ਦੋਵਾਂ ਦੇ ਵਿੱਚੋਂ ਦੋਵੇਂ ਧਿਰਾਂ ਕੋਈ ਕੁਛ ਨਹੀਂ ਕਰ ਸਕਦੀਆਂ, ਕੋਈ ਅਦਲਾ ਬਦਲੀ ਨਹੀਂ ਕਰ ਸਕਦੀਆਂ, ਕੋਈ ਕੰਸਟ੍ਰਕਸ਼ਨ ਨਹੀਂ ਕਰ ਸਕਦੇ ਗੇ। ਇਹਨੇ ਉਸ ਦੀ ਉਲੰਘਣਾ ਕਰਦੇ ਹੋਇਆਂ ਤਾਲੇ ਵੀ ਬਦਲੇ, ਜ਼ਬਰਦਸਤੀ ਕੀਤੀ। ਮੈਂ ਨਹੀਂ ਗੱਲ ਪੁੱਛੀ, ਮੈਂ ਕਿਹਾ ਵੀ ਤੂੰ ਤਾਲੇ ਕੋਲ ਬਦਲੇ? ਕਹਿੰਦਾ ਮੈਂ ਕੋਰਟ 'ਚ ਜਾ ਕੇ ਪੁੱਛੋ, ਮੈਂ ਕੋਰਟ 'ਚ ਪੁੱਛ ਕੇ ਆਇਆ ਲੈ ਵੀ ਤਾਲੇ ਮੈਂ ਤਾਂ ਬਦਲੇ ਆ। ਕੀ ਨਾਮ ਆ ਤੁਹਾਡਾ ਤੇ ਅੱਜ ਪ੍ਰੈਸ ਕਾਨਫਰੰਸ ਕਰਨ ਲਈ ਆਏ ਹੋ, ਕੀ ਆ ਪੂਰਾ ਮਾਮਲਾ? ਸਰ ਮੇਰਾ ਨਾਮ ਰਾਜਕੁਮਾਰ ਗਾਬਾ ਹੈ ਜੀ, ਮੈਂ ਕੀਰਤੀ ਨਗਰ ਫਿਰੋਜ਼ਪੁਰ ਵਿੱਚ ਰਹਿੰਦਾ ਜੀ।
ਤੇ ਮੇਰੇ ਬ੍ਰਦਰ ਆ ਯਸ਼ਪਾਲ ਗਾਬਾ ਜੋ ਕਿ ਮੇਰੇ ਤੇ ਨਜਾਇਜ਼ ਧੱਕਾ ਕਰਦੇ ਹਨ। ਪਹਿਲਾਂ ਵੀ ਉਹਨਾਂ ਨੇ ਮੇਰੇ ਤੇ 2-3 ਵਾਰੀ ਅਟੈਕ ਕੀਤੇ, ਮੈਂ ਪੁਲਿਸ ਨੂੰ ਕੰਪਲੇਂਟ ਕੀਤੀ, ਮੈਂ CGM ਸਾਹਿਬ ਨੂੰ ਕੰਪਲੇਂਟ ਕੀਤੀ, ਪਲੱਸ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਤੇ ਉੱਥੇ ਕੋਰਟ ਦੇ ਉੱਥੇ ਵੀ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢੀਆਂ, DIG SSP ਸਭ ਨੂੰ ਕਿਹਾ ਕਿ ਮੇਰੇ ਤੇ ਬਹੁਤ ਵਾਰ ਵਾਰ ਧੱਕਾ ਕਰ ਰਿਹਾ, ਮੈਨੂੰ ਥਰੈਟ ਕਾਲ ਕਰਾਈ ਆ, ਗੈਂਗਸਟਰ ਮੇਰੇ ਘਰ ਭੇਜੇ ਗਏ ਤੇ ਮੇਰੇ ਤੇ ਉਹਨਾਂ ਨੇ, ਮੈਂ ਆਪਣਾ ਕਮਰਾ ਅੰਦਰੋਂ ਦਰਵਾਜ਼ਾ ਬੰਦ ਕਰ ਲਿੱਤਾ ਤੇ ਉਹਨਾਂ ਨੇ ਬਾਹਰ ਲੱਤਾਂ ਮਾਰੀਆਂ ਦਰਵਾਜ਼ਿਆਂ ਨੂੰ, ਮੈਨੂੰ ਗਾਲਾਂ ਕੱਢੀਆਂ, ਧਮਕੀਆਂ ਦਿੱਤੀਆਂ ਵੀ ਤੈਨੂੰ ਅਸੀਂ ਛੱਡਣਾ ਨਹੀਂ, ਤੈਨੂੰ ਅਸੀਂ ਮਾਰ ਦੇਣਾ। ਤੇ ਇਹ ਸਾਰਾ ਕੁਛ ਮੇਰੇ ਨਾਲ ਵਧੀਕੀਆਂ ਮੈਂ ਸਾਰੀਆਂ ਲਿਖ ਕੇ ਰੇਲ ਵਿੱਚ SSO ਸਭ ਨੂੰ ਵੀ ਦਿੱਤੀਆਂ ਤੇ SSP ਸਾਹਿਬ ਨੂੰ ਸਭ ਨੂੰ ਦਿੱਤੀਆਂ ਕੰਪਲੇਂਟ, ਪਰ ਮੇਰੀ ਕੋਈ ਸੁਣਵਾਈ ਨਹੀਂ ਕਿਤੇ ਵੀ ਹੋਏਗੀ। ਐਲੀਗੇਸ਼ਨ ਕਿਸ ਤਰ੍ਹਾਂ ਜੀ, ਪਰ ਹੁਣ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਮੇਰੇ ਹੀ ਘਰ ਦੇ ਵਿੱਚ ਮੈਨੂੰ ਹੀ ਕਹਿੰਦੇ ਵੀ ਤੁਸੀਂ ਸੰਨ ਲਾ ਕੇ ਉੱਥੋਂ ਬ੍ਰਦਰ ਦਾ ਗੋਲਡ ਤੇ ਕੈਸ਼ ਚੋਰੀ ਕਰ ਲਿਆ, ਜਦਕਿ ਬ੍ਰਦਰ ਜੁਲਾਈ ਦੇ ਵਿੱਚ ਘਰ ਛੱਡ ਕੇ ਸਮਾਨ ਲੈ ਕੇ ਜਾ ਚੁੱਕਾ ਸੀ ਆਪਣਾ, ਜਿਹੜਾ ਉਹ ਸਮਾਨ ਲੈ ਕੇ ਜਾ ਰਿਹਾ ਸੀ, ਮੈਂ ਉਹਦੇ ਸਾਰੇ ਆਪਣੇ ਮੋਬਾਈਲ ਤੇ ਵੀਡੀਓ ਵੀ ਬਣਾਈ ਆ, ਉਹ ਬਰਤਨ ਫਰਿੱਜ TV ਸਭ ਕੁਛ LED ਸਭ ਕੁਛ ਫਰਿੱਜ ਵਗੈਰਾ ਸਭ ਲੈ ਗਿਆ ਸਮਾਨ ਆਪਣਾ, ਤੇ ਮੈਨੂੰ ਇੱਕ ਸਮੇਂ ਵਿੱਚ 4 ਮਹੀਨੇ ਪੈ ਉਹਨੂੰ ਕਹਿੰਦਾ ਮੇਰਾ ਕੈਸ਼ ਤੇ ਗੋਲਡ ਇੱਥੇ ਪਿਆ ਰਿਹਾ ਤੇ ਬਾਕੀ ਸਭ ਕੀਮਤੀ ਸਮਾਨ ਇੱਥੇ ਛੱਡ ਕੇ ਬਾਕੀ ਸਾਰਾ ਸਮਾਨ ਲੈ ਗਿਆ, ਆਪਦੇ ਚਮਚ ਕੋਲੀਆਂ ਸਭ ਲੈ ਗਿਆ ਤੇ ਉਹਨੇ ਆਪਦਾ ਗੋਲਡ ਤੇ ਇੱਥੇ ਛੱਡਣਾ ਸੀਗਾ। ਨਜਾਇਜ਼ ਮੇਰੇ ਤੇ ਪਰਚਾ ਸਿਰਫ ਕੀਤਾ ਗਿਆ ਸਿਰਫ ਇਸ ਵਾਸਤੇ ਕਿ 7ਵੇਂ ਮਹੀਨੇ ਜਦੋਂ ਬ੍ਰਦਰ ਮੇਰੇ ਘਰੇ ਦੁਬਾਰਾ ਐਂਟਰ ਹੋਏ ਨੇ ਇੱਥੋਂ ਸਮਾਨ ਲੈ ਕੇ ਜਾਣ ਤੋਂ ਬਾਅਦ ਦੁਬਾਰਾ ਆਏ ਨੇ ਘਰੇ, ਮੈਨੂੰ ਗਾਲੀ ਗਲੋਚ ਕੀਤਾ ਉਹਨਾਂ ਨੇ, ਮੇਰੇ ਉਹਨਾਂ ਨੇ ਝਗੜਾ ਕਰਦਿਆਂ ਪਹਿਲਾਂ ਤਾਂ ਮੇਰੇ ਤੇ 2 ਡਾਂਗਾਂ ਮਾਰੀਆਂ ਉਹਨਾਂ ਪਿੱਠ ਦੇ ਉੱਪਰ, ਸਾਰੇ ਨਿਸ਼ਾਨਾਂ ਦੀਆਂ ਫੋਟੋਆਂ ਮੈਂ ਦਿੱਤੀਆਂ ਮੇਰੇ, ਜਿਵੇਂ ਕਿ ਮੈਂ ਹੁਣ ਨਾਲ ਵੀ ਲੈ ਕੇ ਆਇਆ ਜੀ। ਤੇ ਬਾਅਦ ਵਿੱਚ ਉਹਨਾਂ ਨੇ ਦੇਖੋ ਜੀ ਇਹ ਸਾਰੀਆਂ ਫੋਟੋਆਂ ਨੇ ਜਿਹੜੀਆਂ ਉਹਨਾਂ ਮੇਰੇ ਨਾਲ ਨਜਾਇਜ਼ ਧੱਕੇ ਕੀਤੇ ਨੇ, ਆ ਮੇਰੇ ਗਰਦਨ ਦੇ ਵਿੱਚ ਚੁੰਨੀ ਪਾ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਘਰ ਕਿੰਨਾ ਸੀ ਜਿਹੜਾ ਜਿੱਦਾਂ ਘਰ ਉਹਨਾਂ ਦਾ ਸੀ ਜੇ ਤੁਹਾਡਾ? ਘਰ ਮੇਰਾ ਜੀ 2010 ਵਿੱਚ ਮੈਂ ਬੈਂਕ ਤੋਂ ਲੋਨ ਲੈ ਕੇ ਘਰ ਲਿੱਤਾ ਸੀਗਾ ਤੇ 2016 ਦੇ ਵਿੱਚ ਇਹਨਾਂ ਨੇ ਮੈਰਿਜ ਕਰਨੀ ਸੀ ਆਪਦੀ ਬੇਟੀ ਦੀ, ਤੇ ਇਹ ਕਹਿੰਦੇ ਵੀ ਥੋੜੇ ਦਿਨ ਵਾਸਤੇ ਸਾਨੂੰ ਇੱਥੇ ਰਹਿ ਲੈਣ ਦਿਓ ਤੇ ਵੀ ਅਸੀਂ ਇੱਥੇ ਰਹਿ ਕੇ ਜਿਹੜੇ ਕਾਰ ਵਿਹਾਰ ਫੰਕਸ਼ਨ ਕਰਨੇ ਹੁੰਦੇ ਅਸੀਂ ਇੱਥੇ ਕਰ ਲਾਂਗੇ ਸ਼ਹਿਰ ਵਿੱਚ। ਤੇ ਮੈਂ ਕਿਹਾ ਚਲੋ ਬ੍ਰਦਰ ਹੈ ਤਾਂ ਭਾਈਚਾਰੇ ਤੌਰ ਤੇ, ਮੈਂ ਕਿਹਾ ਚਲੋ ਆ ਜਾਓ ਕੋਈ ਗੱਲ ਨਹੀਂ ਵੀ, ਚਲੋ ਵਿੱਚ ਰਿਸ਼ਤੇਦਾਰ ਵੀ ਹੈਗੇ ਸੀਗੇ ਆਪਾਂ ਮਨਾ ਨਹੀਂ ਕੀਤਾ। ਤੇ ਇਸ ਤੋਂ ਬਾਅਦ ਉਹਨਾਂ ਨੇ ਚੋਰੀ ਦਾ ਕੀ ਇਲਜ਼ਾਮ ਲਾਇਆ? ਚੋਰੀ ਦਾ ਇਲਜ਼ਾਮ ਲਾਇਆ ਜੀ 4.25 ਲੱਖ ਰੁਪਇਆ ਕੈਸ਼ ਤੇ 45 ਤੋਲੇ ਸੋਨਾ ਕਹਿੰਦੇ ਵੀ ਲੈ ਗਏ। ਮਾਲਕ ਮੈਂ ਆ ਜੀ ਘਰ ਦਾ। ਤੇ ਜੇ ਉਹਨਾਂ ਨੇ ਇੱਕ ਗਲਤੀ ਹੋਰ ਕੀਤੀ, ਜਿਹੜੇ ਕਮਰੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ ਇੱਥੇ ਸੋਨਾ ਪਿਆ ਸੀਗਾ, ਉਹ ਕਮਰਾ ਹੀ ਮੇਰੇ ਕੋਲ ਹੈ, ਮੇਰਾ ਹੀ ਬੈੱਡ ਉਹਦੇ 'ਚ ਲੱਗਾ, ਮੇਰਾ ਸਾਰਾ ਸਮਾਨ ਲੱਗਾ, ਇਹ 2 ਕਮਰੇ ਮੈਂ ਇਹਨਾਂ ਨੂੰ ਦਿੱਤੇ ਸੀਗੇ ਵੀ ਰਹਿਣ ਵਾਸਤੇ ਵੀ ਦੱਸਿਆ 2 ਕਮਰੇ ਚੱਲ ਤੇ ਕਾਰ ਵਿਹਾਰ ਜਿਹੜੇ ਕਰ ਲਓ, ਤੇ ਮੇਰੇ ਹੀ ਕਮਰੇ ਦੇ ਵਿੱਚ ਉਹਨਾਂ ਦੱਸਤਾ ਵੀ ਇੱਥੇ ਅਸੀਂ ਗੋਲਡ ਰੱਖਿਆ ਸੀਗਾ। ਸਰ ਮੈਂ ਇਹ ਚਾਹੁੰਦਾ ਵੀ ਇਹ ਜਿਹੜਾ ਝੂਠਾ ਪਰਚਾ ਮੇਰੇ 'ਤੇ ਦਰਜ ਕੀਤਾ ਗਿਆ ਉਸ ਨੂੰ ਪਰਚੇ ਨੂੰ ਕੈਂਸਲ ਕੀਤਾ ਜਾਵੇ, ਤੇ ਜਿਹੜਾ ਮੇਰੇ ਤੇ ਬੰਦ ਜਿਹੜਾ ਮੇਰਾ ਇਹਨਾਂ ਤੇ ਖਿਲਾਫ ਮੈਂ ਪਰਚਾ ਇਹਨਾਂ ਨੂੰ ਦਿੱਤਾ, ਕੰਪਲੇਂਟ ਕੀਤੀ ਹੈ ਥਾਣੇ, ਉਹਦੇ ਬੰਦ ਦੀ ਜੋ ਵੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਤੇ ਮੈਨੂੰ ਮੇਰੇ ਪਰਿਵਾਰ ਦੀ ਰੱਖਿਆ ਕੀਤੀ ਹੈ। ਮੈਨੂੰ ਧਮਕੀਆਂ ਬਹੁਤ ਆ ਰਹੀਆਂ ਨੇ ਸਾਰੇ ਪਾਸੋਂ ਵੀ ਜੇ ਤੂੰ ਕੁਛ ਕਿਸੇ ਪਾਸੇ ਗਿਆ ਤੇ ਅਸੀਂ ਤੈਨੂੰ ਤੇਰੇ ਪਰਿਵਾਰ ਸਾਰੇ ਨੂੰ ਖਤਮ ਕਰ ਦੇਣਾ, ਤੇ ਮੈਂ ਸਰਕਾਰ ਕੋਲੋਂ ਮੈਂ ਇਹੀ ਬਸ ਹੱਥ ਜੋੜ ਕੇ ਚਾਹੁੰਦਾ ਕਿ ਮੇਰੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ। CM ਸਾਹਿਬ ਜਿਨ੍ਹਾਂ ਨੇ ਇੱਕ ਸਾਫ਼ ਸੁਥਰੀ ਸਰਕਾਰ ਦਿੱਤੀ ਹੈ ਸਾਨੂੰ, ਉਹ ਸਾਰੇ ਪੁਲਿਸ ਵਾਲਿਆਂ ਨਾਲ ਰਲ ਕੇ ਮੇਰੇ ਘਰ ਦੇ ਅੰਦਰ ਆ ਕੇ ਮੇਰੇ ਤੇ ਪਰਚੇ ਦਰਜ ਹੋ ਰਹੇ ਨੇ ਝੂਠੇ ਸ਼ਰੇਆਮ, ਵੀ ਜਿਹੜੇ 4-4 ਮਹੀਨੇ ਪਹਿਲਾਂ ਘਰ ਛੱਡ ਕੇ ਜਾ ਚੁੱਕੇ, 4 ਮਹੀਨਿਆਂ ਬਾਅਦ ਅੱਜ ਉਹ ਕਹਿੰਦੇ ਸਾਡਾ ਸੋਨਾ ਇੱਥੇ ਰਹਿ ਗਿਆ ਤੇ ਕੈਸ਼ ਇੱਥੇ ਰਹਿ ਗਿਆ। ਸਾਡੇ ਅਸੀਂ ਪਰਿਵਾਰ ਦੇ 3 ਮੈਂਬਰ ਆ ਜੀ, ਮੈਂ ਮੇਰੀ ਵਾਈਫ ਤੇ ਮੇਰਾ ਬੇਟਾ, ਸਾਡੇ ਤਿੰਨਾਂ ਦੇ ਨਾਂ ਪਰਚੇ ਵਿੱਚ ਪਾ ਦਿੱਤਾ। ਜਿਸ ਟਾਈਮ ਤੇ ਇਹ ਸਾਡਾ ਝਗੜਾ ਹੋਇਆ ਸੀਗਾ ਘਰ ਦੇ ਵਿੱਚ ਆਏ ਨੇ, ਉਹਨਾਂ ਨੇ ਉਹ ਬੇਟੇ ਦਾ ਵੀ ਨਾਮ ਵਿੱਚ ਲਿਆ ਤੇ ਮੇਰਾ ਬੇਟਾ ਹੈ ਹੀ ਨਹੀਂ ਗਾ ਘਰ ਉਸ ਟਾਈਮ ਤੇ, ਮੇਰਾ ਬੇਟਾ ਸ਼ੇਸ਼ਾ ਵਾਲੀ ਮੱਥਾ ਟੇਕਣ ਗਿਆ ਸੀ ਸਾਡੇ ਗਲੀ ਦੇ। ਮੈਂ ਉਸ SSO ਨੂੰ ਕਿਹਾ ਵੀ CCTV ਕੈਮਰਾ ਕਢਾਓ, ਉਹਦੇ ਵਿੱਚ ਕਢਾਓ ਵੀ ਮੇਰਾ ਬੇਟਾ ਘਰ ਹੈਗਾ ਸੀ ਕਿ ਬਾਅਦ 'ਚ ਐਕਟਿਵਾ ਤੇ ਆਉਂਦਾ ਆ, ਨਾ ਉਹਦੇ ਵਿੱਚ ਨਜ਼ਰ ਆਵੇ ਤੇ ਸਾਡੇ ਜਿੱਦਾਂ ਮਰਜ਼ੀ ਪਰਚੇ ਕੱਢ ਦਿਆ ਜੀ, ਉਹ ਕਿਉਂਕਿ ਗੱਲ ਨਹੀਂ ਮੇਰੀ, ਕੋਈ ਸੁਣਵਾਈ ਨਹੀਂ ਹੋਏਗੀ। ਮੇਰੇ ਬੇਟਾ ਸਿਰਫ 18 ਸਾਲ ਦਾ ਜੀ, ਨਜਾਇਜ਼ ਧੱਕਾ ਹੋ ਰਿਹਾ, ਉਹਦਾ ਸਾਰਾ ਫਿਊਚਰ ਖਰਾਬ ਕਰਕੇ ਰੱਖ ਦਿੱਤਾ ਮੇਰੇ ਬੇਟੇ ਦਾ। ਕੀ ਲੱਗਦਾ ਪੁਲਿਸ ਨਜਾਇਜ਼ ਧੱਕਾ ਕਰ ਰਹੀ ਤੁਹਾਡੇ ਨਾਲ? ਸਰ ਸ਼ਰੇਆਮ ਨਜਾਇਜ਼ ਧੱਕਾ ਕਰ ਰਹੀ ਹੈ, ਕੋਈ ਸੁਣਵਾਈ ਨਹੀਂ ਕੀਤੀ ਮੇਰੀ ਕਿਸੇ ਤਰ੍ਹਾਂ ਦੀ। ਇਸ ਸਬੰਧ ਤੁਸੀਂ SHO ਨੂੰ ਮਿਲੇ ਹੋ ਥਾਣਾ ਸਿਟੀ ਤੇ? ਸਰ ਮੈਂ 3-4 ਵਾਰੀ ਉਹਨਾਂ ਕੋਲ ਜਾ ਕੇ ਮਿਲ ਗਿਆ, ਮੈਂ ਰਿਕੁਐਸਟ ਕਰਕੇ ਆਇਆ, ਮੈਂ ਕਿਹਾ ਜੀ ਮੇਰੇ
रहम करो मेरे ते, मेरा पहले ही सारा कुछ मैं लुट के लै के कर कहेगा मेरे को, मैं वो भी नजायज धक्के मैं घर च वड़ के बड़ी मुश्किल ना गए सी, हुण मैं सोना मैं कितों दे दांगा, मैं गुजारा मसा करता अपना घर, मेरी फिर भी कोई सुनवाई नहीं हो रही।